ਚਲੋ ਬੇਟੇ ਗੁੱਡ ਮਾਰਨਿੰਗ, ਕਿਵੇਂ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ ਨਾ ਆਪਣੇ ਸਮਰ ਕੈਂਪ ਦੀਆਂ ਐਕਟੀਵਿਟੀਜ਼ ਨੂੰ? ਹਰ ਰੋਜ਼ ਨਵੀਆਂ ਨਵੀਆਂ ਐਕਟੀਵਿਟੀਜ਼, ਨਵੀਂ ਨਵੀਂ ਤੁਹਾਡੀ ਜਿਹੜੀ ਉਮੀਦ ਹੈ ਨਾ, ਅਤੇ ਨਵੀਆਂ ਨਵੀਆਂ ਖੁਸ਼ੀਆਂ। ਕਦੇ ਤੁਸੀਂ ਬਰਤਨ ਬਣਾਉਂਦੇ ਹੋ, ਕਦੇ ਤੁਸੀਂ ਬੈਂਗਲ ਸਟੈਂਡ ਬਣਾਉਂਦੇ ਹੋ, ਕਦੇ ਫਾਦਰਸ ਡੇ ਮਨਾਉਂਦੇ ਹੋ, ਅਤੇ ਕਦੇ ਡਾਂਸ ਕਰਦੇ ਹੋ, ਅਤੇ ਤੁਸੀਂ ਸੋਚੋਗੇ ਹੋਰ ਕੀ ਕਰ ਸਕਦੇ ਨੇ ਟੀਚਰ, ਇਸ ਤੋਂ ਇਲਾਵਾ ਸਾਰਾ ਕੁਛ ਤਾਂ ਹੋ ਗਿਆ। ਨਹੀਂ, ਤੁਸੀਂ ਭੁੱਲ ਚੁੱਕੇ ਹੋ ਕਿ ਜਿਵੇਂ ਤੁਹਾਨੂੰ ਇੱਕ ਕੁਸ਼ਚਨ ਪੁੱਟ ਕਰਾਂ ਕਿ ਸਭ ਤੋਂ ਇੰਪੋਰਟੈਂਟ ਚੀਜ਼ ਜ਼ਿੰਦਗੀ ਵਿੱਚ ਕੀ ਹੈਗੀ ਆ, ਸਭ ਤੋਂ ਇੰਪੋਰਟੈਂਟ ਚੀਜ਼ ਜ਼ਿੰਦਗੀ 'ਚ ਕੀ ਹੈਗੀ ਆ, ਤਾਂ ਤੁਸੀਂ ਸੋਚਣ ਲੱਗ ਜਾਓਗੇ। ਤੁਸੀਂ ਕਹੋਗੇ ਮੰਮੀ ਇੰਪੋਰਟੈਂਟ ਹੈ, ਪਾਪਾ ਇੰਪੋਰਟੈਂਟ ਹੈ, ਪੈਸੇ ਇੰਪੋਰਟੈਂਟ ਹੈ, ਆਹ ਇੰਪੋਰਟੈਂਟ ਹੈ, ਉਹ ਇੰਪੋਰਟੈਂਟ ਹੈ, ਲੇਕਿਨ ਨਹੀਂ, ਤੁਹਾਨੂੰ ਪਤਾ ਸਭ ਤੋਂ ਇੰਪੋਰਟੈਂਟ ਕੀ ਹੈਗੀ ਹੈ? ਹੈਲਥ। ਠੀਕ ਹੈ, ਹੈਲਥ ਇਜ਼ ਵੈਲਥ, ਇਫ ਹੈਲਥ ਇਜ਼ ਗੋਨ ਐਵਰੀਥਿੰਗ ਇਜ਼ ਗੋਨ। ਸਿਹਤ ਚਲੀ ਗਈ ਤਾਂ ਸਭ ਕੁਝ ਹੀ ਚਲਾ ਗਿਆ। ਤੁਸੀਂ ਦੇਖ ਹੀ ਲਿਆ ਨਾ ਪਿਛਲੇ ਕੋਵਿਡ ਵਾਲੇ ਟਾਈਮ ਦੇ ਵਿੱਚ ਕੀ ਕੁਛ ਹੋ ਰਿਹਾ ਹੈਗਾ, ਹੈ ਨਾ, ਸਿਹਤ ਬਿਨਾਂ ਕੁਛ ਵੀ ਨਹੀਂ ਹੈਗਾ। ਤਾਂ ਇਸ ਕਰਕੇ ਅੱਜ ਦਾ ਜਿਹੜਾ ਸਮਰ ਕੈਂਪ ਦਾ ਡੇ 7 ਹੈਗਾ, ਉਹਦੇ 'ਚ ਪਹਿਲਾਂ ਤਾਂ ਮੈਂ ਤੁਹਾਡਾ ਵੈਲਕਮ ਕਰਦੀ ਹਾਂ, ਅਤੇ ਫਿਰ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਯੋਗ ਭਗਾਏ ਰੋਗ, ਹੈ ਨਾ, ਕਿ ਯੋਗ ਜਿਹੜਾ ਹੈਗਾ ਉਹ ਜੇ ਯੋਗਾ ਕਰਦੇ ਰਹੀਏ ਤਾਂ ਉਹਦੇ ਨਾਲ ਰੋਗ ਜਿਹੜੇ ਨੇ ਉਹ ਕੀ ਹੁੰਦੇ ਨੇ? ਦੂਰ ਹੁੰਦੇ ਨੇ ਬੇਟੇ। ਅੱਛਾ, ਤਾਂ ਫਿਰ ਅੱਜ ਤੁਹਾਨੂੰ ਪਤਾ ਨਾ 21 ਜੂਨ ਹੈ, ਅਤੇ 21 ਜੂਨ ਨੂੰ ਬੜੇ ਸਾਲਾਂ ਤੋਂ ਪਿਛਲਿਆਂ ਤੋਂ ਇੰਟਰਨੈਸ਼ਨਲ ਯੋਗਾ ਡੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਤਾਂ ਅੱਜ ਆਪਾਂ ਕੀ ਕਰਨ ਲੱਗੇ ਹਾਂ, ਤਾਂ ਅੱਜ ਆਪਾਂ ਕਰਨ ਲੱਗੇ ਹਾਂ ਕਿ ਅੱਜ ਮੇਰੇ ਨਾਲ, ਤੁਹਾਨੂੰ ਜੇ ਤੁਹਾਨੂੰ ਯਾਦ ਹੈ ਤਾਂ ਲਾਸਟ ਈਅਰ ਲੋਕਡਾਊਨ ਦੇ ਵਿੱਚ ਆਪਾਂ ਤੁਹਾਨੂੰ ਯੋਗਾ ਕਰਵਾਇਆ ਸੀ, ਮੈਂ ਘਰ ਰਹਿ ਕੇ ਯੋਗਾ ਵਾਲੀ ਇੱਕ ਵੀਡੀਓ ਅਪਲੋਡ ਕੀਤੀ ਸੀ, ਲੇਕਿਨ ਅੱਜ ਲਾਈਵ ਇੱਕ ਤਰ੍ਹਾਂ ਦਾ ਟੀਚਰਸ ਜਿਹੜੇ ਹੈਗੇ ਆ ਤੁਹਾਨੂੰ ਯੋਗਾ ਪਰਫੋਰਮ ਕਰਕੇ ਦਿਖਾਉਣਗੇ। ਹੈ ਤਾਂ ਉਹ ਫਰੈਸ਼ਰ ਹੀ ਵਿਚਾਰੇ, ਹੈ ਨਾ, ਡਿੱਗ ਡੁੱਗ ਵੀ ਸਕਦੇ ਨੇ ਵਿਚਾਰੇ ਵਿਚਕਾਰੋਂ, ਠੀਕ ਹੈ, ਕੋਈ ਆਸਣ ਇੱਧਰ ਉੱਧਰ ਵੀ ਕਰ ਦੇਣਗੇ, ਬਟ ਤੁਸੀਂ ਉਹਨਾਂ ਦੀ ਸਪਿਰਿਟ ਨੂੰ ਦਾਤ ਦੇਣੀ ਹੈਗੀ ਹੈ, ਮਾਇੰਡ ਬਿਲਕੁਲ ਨਹੀਂ ਕਰਨ ਵਾਲਾ। ਦੇਖੋ ਮੈਡਮ ਕੀ ਕਰੀ ਜਾਂਦੇ ਆ, ਦੇਖੋ ਮੈਡਮ ਕੀ ਕਰੀ ਜਾਂਦੇ ਆ, ਡੋਂਟ ਸੇ ਲਾਈਕ ਦੈਟ, ਬਸ ਇੰਜੋਏ ਕਰਿਆ ਜੇ, ਕਿ ਇਫ ਟੀਚਰਸ ਕੈਨ ਡੂ ਐਟ ਦਿਸ ਏਜ ਦੈਨ ਯੂ ਕੈਨ ਆਲਸੋ ਡੂ। ਯੂ ਨੋ ਦੈਟ ਆਈ ਐਮ 45 ਪਲੱਸ ਐਕਚੁਲੀ, ਇਫ ਆਈ ਕੈਨ ਡੂ ਯੋਗਾ ਐਟ ਦਿਸ ਟਾਈਮ 'ਤੇ ਮੈਂ ਸਟਾਰਟ ਕਰ ਸਕਦੀ ਹਾਂ, ਤਾਂ ਫਿਰ ਕੋਈ ਵੀ ਸਟਾਰਟ ਕਰ ਸਕਦਾ ਹੈਗਾ। ਤਾਂ ਅੱਜ ਤੁਸੀਂ ਆਪਣੇ ਮੰਮੀ ਪਾਪਾ ਦੇ ਨਾਲ ਯੋਗਾ ਕਰਨਾ ਹੈ। ਮੋਮਸ ਐਂਡ ਡੈਡਸ, ਪਲੀਜ਼ ਲਿਸਨ ਟੂ ਮੀ, ਤੁਸੀਂ ਵੀ ਬੱਚਿਆਂ ਦੇ ਨਾਲ ਯੋਗਾ ਕਰਨਾ। ਯੋਗਾ ਕਰਦਿਆਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸ਼ੂਟ ਕਰਨੀਆਂ ਨੇ, ਯੋਗਾ ਕਰਦਿਆਂ ਦੀਆਂ ਫੋਟੋਜ਼ ਕਲਿੱਕ ਕਰਨੀਆਂ ਨੇ, ਵੀਡੀਓਜ਼ ਦੇ ਫੋਟੋਜ਼ ਕਲਾਸ ਇੰਚਾਰਜ ਨੂੰ ਸੈਂਡ ਕਰਨੀਆਂ ਨੇ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੱਚੇ ਜਦੋਂ ਦੇਖਣ ਕਿ ਅਸੀਂ ਜਦੋਂ ਛੋਟੇ ਹੁੰਦੇ ਸੀ, ਹਾਏ ਅਸੀਂ ਕਿੰਨੇ ਸਿਆਣੇ ਹੁੰਦੇ ਸੀ, ਅਸੀਂ ਕਿੰਨਾ ਕਹਿਣਾ ਮੰਨਦੇ ਸੀ ਟੀਚਰਸ ਦਾ, ਅਤੇ ਹੈ ਨਾ, ਟੀਚਰ ਜਦੋਂ ਜੋ ਵੀ ਕੁਛ ਕਹਿੰਦੇ ਸੀ ਕਰਨ ਲਈ ਅਸੀਂ ਕਰਦੇ ਸੀ, ਹੈ ਨਾ। ਵੱਡੇ ਬੱਚੇ ਤੁਸੀਂ ਤਾਂ ਕਹਿਣਾ ਮੇਰਾ ਮਨ ਹੀ ਨਹੀਂ ਨਾ ਰਹੇ ਹੈਗੇ, ਤੁਹਾਨੂੰ ਤਾਂ ਕੋਈ ਲੋੜ ਨਹੀਂ, ਨਾ ਤੁਹਾਨੂੰ ਕੋਈ ਲੋੜ ਹੈਗੀ ਕੋਈ ਸਿੱਖਣ ਦੀ ਲੋੜ ਹੈਗੀ ਆ, ਨਾ ਤੁਹਾਨੂੰ ਕੋਈ ਡਾਂਸ ਸਿੱਖਣ ਦੀ ਲੋੜ ਹੈਗੀ ਆ, ਨਾ ਫਾਦਰਸ ਡੇ ਮਨਾਉਣ ਦੀ ਲੋੜ ਹੈਗੀ, ਅਤੇ ਨਾ ਤੁਹਾਨੂੰ ਲੋੜ ਹੈ ਯੋਗਾ ਕਰਨ ਦੀ, ਤੁਹਾਨੂੰ ਕਾਹਦੀ ਲੋੜ ਆ, ਤੁਹਾਨੂੰ ਤਾਂ ਇੰਸਟਾਗ੍ਰਾਮ 'ਤੇ ਰੀਲਸ ਬਣਾਉਣ ਦੀ ਲੋੜ ਹੈਗੀ ਆ, ਦੈਟਸ ਆਲ ਫਾਰ ਯੂ। ਬਟ ਐਨੀ ਵੇਜ਼, ਅਸੀਂ ਉਹਨਾਂ ਨੂੰ ਦੇਖ ਕੇ ਕੰਮ ਨਹੀਂ ਕਰਦੇ ਜਿਹੜੇ ਸਾਡਾ ਕਹਿਣਾ ਨਹੀਂ ਮੰਨਦੇ, ਅਸੀਂ ਉਹਨਾਂ ਨੂੰ ਦੇਖ ਕੇ ਕੰਮ ਕਰਦੇ ਹਾਂ ਜਿਹੜੇ ਸਾਡੇ ਕਹਿਣਾ ਮੰਨਦੇ ਨੇ। ਤਾਂ ਉਹਨਾਂ ਸਾਰਿਆਂ ਨੂੰ ਹਿੱਪ ਹਿੱਪ ਹੁਰੇ ਹੈਗਾ, ਉਹਨਾਂ ਸਾਰਿਆਂ ਲਈ ਬਹੁਤ ਸਾਰੀਆਂ ਬਲੈਸਿੰਗਸ ਨੇ ਜਿਹੜੇ ਇਸ ਸਮਰ ਕੈਂਪ ਨੂੰ ਇੰਜੋਏ ਕਰ ਰਹੇ ਨੇ ਬੇਟੇ। ਚਲੋ ਫਿਰ ਅੱਜ ਹੁਣ ਆਪਾਂ ਅਮਨ ਮੈਮ ਦੇ ਨਾਲ, ਅਮਨ ਮੈਮ ਕਮ ਹੇਅਰ, ਅਮਨ ਮੈਮ ਦੇ ਨਾਲ, ਸੰਦੀਪ ਮੈਮ ਦੇ ਨਾਲ, ਗੁਰਪ੍ਰੀਤ ਮੈਮ ਦੇ ਨਾਲ, ਅਤੇ ਵੀਨਾ ਮੈਮ ਦੇ ਨਾਲ ਕਰਦੇ ਹਾਂ ਯੋਗਾ, ਠੀਕ ਹੈ। ਅਤੇ ਕੈਮਰਾ ਦੇ ਪਿੱਛੇ ਆਪਣੇ ਕੋਲ ਹੈਗੇ ਨੇ ਗੁਰਪ੍ਰੀਤ ਸਰ, ਗੁਰਪ੍ਰੀਤ ਸਰ ਵੀ ਆ ਕੇ ਇੱਕ ਵਾਰ ਹਾਈ ਹੈਲੋ ਕਰ ਜਾਣਗੇ, ਕਿਉਂਕਿ ਬਿਕਾਜ਼ ਇਹਨਾਂ ਨੇ ਆਲ ਦਾ ਟਾਈਮ ਫਿਰ ਕੈਮਰਾ ਦੇ ਪਿੱਛੇ ਹੀ ਰਹਿਣਾ ਹੈਗਾ। ਗੁਰਪ੍ਰੀਤ ਸਰ, ਤੁਸੀਂ ਵੀਡੀਓ 'ਚ ਆ ਜਾ ਜੇ, ਆਲ ਦਾ ਟਾਈਮ ਸਾਈਡ 'ਤੇ ਹੁੰਦੇ ਹੋ, ਆਉਂਦੇ ਨਹੀਂ ਹੁੰਦੇ, ਪਿੱਛੇ ਆ ਜਾਓ ਥੋੜ੍ਹਾ ਜਿਹਾ ਮੇਰੇ ਇੱਕ ਵਾਰੀ। ਓਕੇ ਬੇਟੇ, ਤਾਂ ਤੁਸੀਂ ਵੀ ਸਾਰੇ ਜਣੇ ਬੱਚਿਆਂ ਨੂੰ ਵਿਸ਼ ਕਰ ਦਿਓ ਇੱਕ ਵਾਰੀ, ਹਾਏ ਬੇਟੇ। ਓਕੇ, ਤਾਂ ਫਿਰ ਇੱਕ ਚੀਜ਼ ਜਿਹੜੀ ਅਸੀਂ ਇਕੱਠੇ ਹਮੇਸ਼ਾ ਤੁਹਾਨੂੰ ਕਹਿੰਦੇ ਹੁੰਦੇ ਹਾਂ ਕਿ ਵੀਡੀਓ ਨੂੰ ਸ਼ੇਅਰ ਕਰਨਾ। ਓਕੇ, ਅੱਛਾ ਅੱਛਾ, ਤੁਸੀਂ ਨਾ ਇੱਕ ਚੀਜ਼ ਜ਼ਰੂਰ, ਤੁਸੀਂ ਪਿਛਲੀ ਵੀਡੀਓ 'ਚ ਇੱਕ ਚੀਜ਼ ਕੀਤੀ ਨਹੀਂ ਹੈ, ਜਿਹੜੀ ਆਪਾਂ ਮੈਂ ਟੀਚਰ ਦਾ ਰੋਲ ਪਲੇ ਕੀਤਾ ਸੀ ਅਤੇ ਸਭ ਨੇ ਸਟੂਡੈਂਟਸ ਦਾ ਰੋਲ ਪਲੇ ਕੀਤਾ ਸੀ, ਤੁਸੀਂ ਬਿਲਕੁਲ ਵੀ ਕਮੈਂਟ ਸੈਕਸ਼ਨ ਜਾ ਕੇ ਨਹੀਂ ਦੱਸਿਆ ਵੀ ਕਿਹੜਾ ਬੱਚਾ ਸ਼ਰਾਰਤੀ ਸੀਗਾ, ਕਿਹੜਾ ਬੱਚਾ ਡਿਸਿਪਲਿਨਡ ਸੀਗਾ, ਕਿਹੜਾ ਤੁਹਾਨੂੰ ਜਿਹਦੀ ਐਕਟਿੰਗ ਬਹੁਤ ਅੱਛੀ ਲੱਗੀ, ਅਸੀਂ ਕਿਵੇਂ ਪ੍ਰਾਈਜ਼ ਦੇਵਾਂਗੇ ਟੀਚਰਸ ਨੂੰ। ਤਾਂ ਤੁਸੀਂ ਹੁਣ ਵੀ ਜਾ ਕੇ ਦੁਬਾਰਾ ਉਸ ਵੀਡੀਓ 'ਤੇ ਕਮੈਂਟ ਜ਼ਰੂਰ ਕਰਿਆ ਜੀ, ਅਤੇ ਅੱਜ ਵਾਲੀ ਵੀਡੀਓ 'ਤੇ ਵੀ ਕਮੈਂਟ ਜ਼ਰੂਰ ਕਰਨਾ ਕਿ ਕਿੰਨੇ ਯੋਗਾ ਸੋਹਣਾ ਕੀਤਾ ਅਤੇ ਕਿਹੜੇ ਮੈਡਮ ਕਮਲ ਮਾਰਦੇ ਸੀਗੇ, ਠੀਕ ਹੈ। ਓਕੇ, ਚਲੋ ਫਿਰ ਇੰਜੋਏ ਕਰਦੇ ਹਾਂ ਅੱਜ ਦੀ ਵੀਡੀਓ। ਓਕੇ ਬੇਟੇ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਯੈਸ, ਓਕੇ, ਚਲੋ ਸਟਾਰਟ ਕਰੀਏ। Enjoy the yoga on International Yoga Day, bete. Chalo. Hanji.
हाँ जी बेटे, तो फिर अज की वीडियो जी थानू कैवें लगी जरूर दस्या जी, फनी फनी जहाँ लग्या होना। पहला तो मैम हरी सारे जने कर रहे जाना, मेरे को भी कैमरा के पिछले बह के फिर कंट्रोल नहीं होया कि वाई शुड नॉट आई ऑलसो बी देयर, तो मैं उत्थे क्यों ना होवां, तो फिर मैं भी भजी आई है ना वो योगा करने वास्ते। ये चंगे काम नूं करन दे लई सोचना थोड़ी ना चाहिए है, हर एक नूं पार्टिसिपेट करना चाहिए तो ट्रायल करना चाहिए। ओके, कंपैरेटिवली मैं वड्डी हाँ ना सारे तो, लेकिन फिर भी मैं ट्राई करने च बिलीव कर रही हूँ, तो तुम भी अब जरूर ये चीज़ ट्राई करना। तो देखे होना जो असं गलतियां भी कीतियां, किस दम उधर चिपके हुआ किस दम उधर चिपके हुए सी, फिर क्योंकि पहला दिन है ना, तो पहले दिन के कुछ भी हो सकता है। तो साड़ी स्पिरिट की दात देना कि मैम सारे स्पिरिट बहुत ज़्यादा हैगी, सारे कुछ भी करन लग जाते हैं डेली बेसिस के उपर, तो योगा करना जरूर हैगा। ठीक है, ये नहीं देखना हैगा कि मतलब भी मैनू जो सारे जने उधर देख रहे थे मैं उपर देखी जाती सी, है ना, जो सारे जने इधर देख रहे थे तो अमन मैम उधर देखी जाते थे, दैन वट की फर्क पैंदा है। ठीक है, थोड़ा नाल नाल थोड़ी थोड़ी एंटरटेनमेंट कॉमेडी भी जी वीडियो देख मिल गई होनी आ, हो सकता उन्होंने चीज़ों मैं सुपर फास्ट कर देव तो होर भी कॉमेडी लग जाए। ओके बेटे, तो अज जिहड़ा इंटरनेशनल योगा डे दे उपर तुसी एक कमिट करना आपदे नाल कि असी भी अज तो जिहड़ा है कोई ना कोई हेल्थ नूं इंप्रूव करने वास्ते एक्सरसाइज जरूर करांगे। कई बच्चे रेसा लाते हैं, कई बच्चे कुछ होर करते हैं, मम्मी जिहड़े ने तुसी प्लीज़ योगा करया करो थोड़ी देर तक, बच्चे तुहानूं बहुत तंग करते हैं, तो तुसी भी रिलैक्सड रहोगे, माइंड रिलैक्सड रहूगा, है ना। तो ठीक है बेटे, ओके बाय बाय, टेक केयर, ब्लेस यू, खुश रहो, ते वीडियो नो लाइक जरूर कर देना, बाय बाय। बच्चियो, तो थानू मैं दसना चाहनी हाँ कि ये है अमीशा धूरिया, जिवें कि मैं ते तृप्ता मैम ने थानू जेड़े आसन योगा दे करके दिखाए तां ओह तां बिगनर्स वास्ते सी, क्योंकि आई एम ऑलसो अ बिगनर, लेकिन अमीशा जिहड़ी है अमीशा तां एक ट्रेनड गर्ल है, शी कैन परफॉर्म योगा वेरी ब्यूटीफुली। तो देखो हुण ओह वार्म अप एक्सरसाइजिज कर रही आ, क्योंकि कोई भी पर्टिकुलर एक्सरसाइज करन लग्या या योगा करन लग्या पहलां बॉडी नूं वार्म अप करना पैंदा, दैट्स वाई शी इज़ डूइंग वार्म अप एक्सरसाइजिज एंड शी इज़ डूइंग वेरी ब्यूटीफुली। तो तुसीं ही फॉलो करना बिकॉज थोड़े अंदर तो बहुत फ्लैक्सीबिलिटी आ। देखो फिर कितना सोहना वह परफॉर्म कर रही आ, तो इस तरह तुसीं भी देखो, तो देखते देखते नाल नाल ही वार्म अप एक्सरसाइज करो। देखो इस तरह लग रहा ना जिवें अमीशा इस समय चेयर बनी हुई है, नाउ शी इज स्प्लिटिंग, वाओ वेरी ब्यूटीफुल, वेरी वेरी ब्यूटीफुल।
ਖੁਦ ਅਮੀਸ਼ਾ ਕਿੰਨਾ ਸੋਹਣਾ ਪਰਫਾਰਮ ਕਰਦੀ ਆ, ਕਿੰਨੇ ਸੋਹਣੇ ਆਸਨ ਕਰਦੀ ਆ, ਕਿੰਨੀ ਛੋਟੀ ਆ ਲੇਕਿਨ ਉਹ, ਤਾਂ ਤੁਸੀਂ ਵੀ ਇੰਸਪੀਰੇਸ਼ਨ ਲੈ ਸਕਦੇ ਹੋ ਉਹਦੇ ਤੋਂ। ਤੁਹਾਨੂੰ ਪਤਾ ਕਿ ਅਮੀਸ਼ਾ ਜ਼ੋਨ ਲੈਵਲ, ਡਿਸਟ੍ਰਿਕਟ ਲੈਵਲ ਐਂਡ ਈਵਨ ਸਟੇਟ ਲੈਵਲ ਤੱਕ ਪਾਰਟੀਸਪੇਟ ਕਰਕੇ ਆਈ ਹੋਈ ਆ ਯੋਗਾ ਕੰਪੀਟੀਸ਼ਨਸ ਵਿੱਚ। ਇਫ ਸ਼ੀ ਕੈਨ ਡੂ ਦੈਨ ਯੂ ਕੈਨ ਆਲਸੋ। ਤਾਂ ਤੁਸੀਂ ਸਾਰਿਆਂ ਨੇ ਇੰਸਪਾਇਰ ਹੋਣਾ ਤਾਂ ਇਸ ਤਰੀਕੇ ਨਾਲ ਫਿਜ਼ੀਕਲ ਐਕਟੀਵਿਟੀਜ਼ ਕਰੀਆਂ ਰਹਿਣਾ ਬੇਟੇ ਘਰ ਰਹਿ ਕੇ। ਤੁਹਾਨੂੰ ਪਤਾ ਨਾ ਯੋਗਾ ਕਰਨ ਦੇ ਨਾਲ ਇਮਿਊਨਿਟੀ ਸਟਰੋਂਗ ਹੁੰਦੀ ਆ, ਅਤੇ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਕੱਲ੍ਹ ਜਿਹੜਾ ਟਾਈਮ ਚੱਲ ਰਿਹਾ ਉਹਦੇ ਵਿੱਚ ਕਹਿ ਰਹੇ ਆ ਕਿ COVID-19 ਤੋਂ ਬਚਣ ਦੇ ਲਈ ਅਸੀਂ ਪ੍ਰੀਕੋਸ਼ਨ ਤਾਂ ਲੈਣੀਆਂ ਹੀ ਲੈਣੀਆਂ, ਲੇਕਿਨ ਨਾਲ ਦੀ ਨਾਲ ਅਸੀਂ ਆਪਣੀ ਇਮਿਊਨਿਟੀ ਵੀ ਸਟਰੋਂਗ ਕਰਨੀ ਆ। ਤਾਂ ਯੋਗਾ ਜਿਹੜਾ ਨਾ ਉਹ ਇਸ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਇਮਿਊਨਿਟੀ ਸਟਰੋਂਗ ਕਰਨ ਦੇ ਵਿੱਚ, ਰਾਈਟ। ਤਾਂ ਮੈਂ ਉਮੀਦ ਕਰਦੀ ਹਾਂ ਪੁੱਤ ਕਿ ਤੁਸੀਂ ਛੋਟੀ ਜਿਹੀ ਬੱਚੀ ਤੋਂ ਪ੍ਰੇਰਨਾ ਪ੍ਰਾਪਤ ਕਰੋਗੇ, ਅਤੇ ਤੁਸੀਂ ਸਾਰੇ ਜਣੇ ਯੋਗਾ ਦੇ ਆਪਦੇ ਯੋਗਾ ਕਰਦੇ ਹੋਏ ਆਸਨ ਕਰਦੇ ਹੋਏ ਮੈਨੂੰ ਫੋਟੋਗ੍ਰਾਫਸ ਭੇਜੋਗੇ। ਜਿਨ੍ਹਾਂ ਨੇ ਸੌਖੇ ਸੌਖੇ ਆਸਨ ਕਰਨੇ ਆ ਉਹ ਮੇਰੇ ਵਾਲੇ ਕਰ ਲਿਆ ਜੀ, ਜਿਨ੍ਹਾਂ ਨੇ ਵਧੀਆ ਵਧੀਆ ਅਤੇ ਬਹੁਤ ਸੋਹਣੇ ਸੋਹਣੇ ਕਰਨੇ ਆ ਉਹ ਅਮਸ਼ਾ ਵਾਲੇ ਆਸਨ ਕਰ ਲਿਆ ਜੀ, ਠੀਕ ਹੈ ਨਾ। ਲੇਕਿਨ ਤੁਸੀਂ ਮੈਨੂੰ ਆਪਣੀਆਂ ਫੋਟੋਗ੍ਰਾਫਸ ਜ਼ਰੂਰ ਭੇਜਣੀਆਂ ਨੇ, ਅਤੇ ਐਂਡ ਤੱਕ ਵੀਡੀਓ ਨੂੰ ਦੇਖਣਾ, ਅਤੇ ਆਪਣਾ ਚੈਨਲ ਦੇਖਦੇ ਰਹਿਣਾ, ਦੇਖੋ ਕਿੰਨੀ ਐਕਟੀਵਿਟੀਜ਼ ਕਰਾ ਰਹੇ ਹਾਂ ਨਾ ਤੁਹਾਨੂੰ ਅਸੀਂ। ਤਾਂ ਹੁਣ ਤੁਸੀਂ ਫਟਾਫਟ ਐਂਡ ਤੱਕ ਵੀਡੀਓ ਦੇਖੋ, ਆਸਨ ਕਰੋ ਅਤੇ ਫੋਟੋਜ਼ ਭੇਜੋ। ਥੈਂਕ ਯੂ, ਬਾਏ, ਟੇਕ ਕੇਅਰ। ਥੈਂਕ ਯੂ ਅਮੀਸ਼ਾ।